और मैं कोई आबादी भी सारी दुनिया ने देखा थी पर कोई गवाह बनने तैयार नहीं। 5969 नंबर थी, नेवी ब्लू रंग दी गड्डी थी। मैं उन्हें हाथ लगता पे रोको की गल कित लगे, उन्होंने मैनू पासे कर दिता। ਦੁਸ਼ਮਣੀ ਥੋੜੀ ਆ ਕੋਈ, ਉਹ ਤਾਂ ਮਨੁੱਖੀ ਅਧਿਕਾਰ ਵਾਲੀ ਮਨੁੱਖੀ, ਪਰ ਉਹ ਜਾ ਸਾਰਾ ਕੁਝ ਪੁਲਿਸ ਤੇ ਰਿਹਾ ਸੀ। ਇਹ ਸਵੇਰੇ ਜਦੋਂ ਮੈਂ ਨਹਾ ਕੇ ਬਾਹਰ ਨਿਕਲਿਆ ਤੇ ਗੁਰਦੁਆਰੇ ਬਾਹਰ ਤੇ ਇਹਨਾਂ ਮੈਨੂੰ ਚੁੱਕ ਕੇ ਚੁੱਕ ਕੇ ਲੈ ਗਏ। ਤੁਸੀਂ ਆਹ ਕਿਤਾ ਕੀ ਰੇਪ ਕੀਤਾ ਫਲਾਂ? ਮੈਂ ਕਿਹਾ ਮੈਂ ਤਾਂ ਗੁਰਦੁਆਰੇ ਬੈਠਾ, ਮੈਂ ਤਾਂ ਕੋਈ ਦੇਣਾ। सत श्री अकाल जी। अज असी जिहड़ी गलबात करांगे, जिवें कहा जांदा कि इतिहास के पन्ने जिहड़े आ उह साडे सामने लिखे जांदे हुंदे आ, सानूं कई वारी पता नहीं लगता कि कल नूं इह चीज़ां इतिहास बन जाणगियां, ते उहनां चीज़ां दे हवाले दे के अदालतां अपने फैसले करिया करनगियां। पंजाब दे विच इक बहुत चर्चित नाम जसवंत सिंह जी खालड़ा, मनुखी अधिकारां दी जदों गल तुरूगी खालड़ा साहब दा जिक्र उहदे विच जरूर आऊगा। किन्नियां अणपछातियां लाशां उन्होंने लभियां ते बाद दे विच उह खुद लाश बना दित्ते गए। इस सारे केस दे विच इक बहुत वड्डा नाम बाद दे विच सामने आया, जिहड़े कि असल दे विच इस सारे मामले नूं इंसाफ तक लै गए। और उन्हां दे उत्ते की कुछ होया ਉਹ ਇੱਕ ਬਿਲਕੁਲ ਵੱਖਰੀ ਕਹਾਣੀ ਹੈ। ਔਰ ਕਈ ਵਾਰੀ ਉਹ ਪੜ੍ਹ ਕੇ ਦੇਖ ਕੇ ਉਹ ਲੱਗਦਾ ਵੀ ਇੱਥੋਂ ਤੱਕ ਵੀ ਲੋਕ ਜਾ ਸਕਦੇ ਆ ਜਿਹੜੇ ਰੋਕਣ ਵਾਲੇ। ਉਹਨਾਂ ਦੇ ਉੱਤੇ ਬਲਾਤਕਾਰ ਦਾ ਪਰਚਾ ਪਾ ਦਿੱਤਾ ਗਿਆ, ਪਟਿਆਲੇ ਦੇ ਵਿੱਚ ਰੇਪ ਦਾ ਪਰਚਾ ਪਾ ਕੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਦੇ ਵਿੱਚ ਉਹ ਬਾਹਰ ਆਉਂਦੇ ਆ, ਬਾਇੱਜ਼ਤ ਬਰੀ ਹੋ ਜਾਂਦੇ ਆ, ਫਿਰ ਉਹ ਮਾਣਹਾਨੀ ਦਾ ਮੁਕੱਦਮਾ ਦਰਜ ਕਰਦੇ ਆ। ਵੱਡੇ ਅਫਸਰਾਂ ਦੇ ਨਾਮ ਉਹਦੇ ਵਿੱਚ ਨੇ, ਜੱਜ ਸਾਹਿਬ 49 ਲੱਖ ਰੁਪਈਆ ਉਹਦੇ ਵਿੱਚ ਫਾਈਨ ਕਰਦੇ ਆ। ਹੁਣ ਇਸ ਜਿਹੜਾ ਇਹ ਕੇਸ ਆ, ਹੁਣ ਇੱਕ ਹੋਰ ਨਵੇਂ ਐਪੀਸੋਡ ਇਹਦਾ ਖੁੱਲ੍ਹ ਗਿਆ, ਉਹਦੀ ਅਤੇ ਓਵਰਆਲ ਸਾਰੀ ਗੱਲਬਾਤ ਜਿਹੜੀ ਕਰਾਂਗੇ। ਇੱਕ ਸਹੀ ਮਾਇਨਿਆਂ ਦੇ ਵਿੱਚ ਜਿਹੜੇ ਜੁਝਾਰੂ, ਜਿਹਨਾਂ ਨੂੰ ਕਈ ਵਾਰੀ ਉਹ ਹੁੰਦਾ ਕਿ ਉਹਨਾਂ ਦੇ ਤੁਹਾਨੂੰ ਉਹਨਾਂ ਦੇ ਨਾਲ ਮਿਲ ਕੇ ਹੀ ਇੱਕ ਜਿਹੜੀ ਇੰਸਪਾਇਰੇਸ਼ਨ ਮਿਲ ਜਾਂਦੀ ਹੈ, ਕਿਰਪਾਲ ਸਿੰਘ ਰੰਧਾਵਾ ਜੀ ਸਾਡੇ ਨਾਲ, ਬਹੁਤ ਮਿਹਰਬਾਨੀ ਜੀ, ਧੰਨਵਾਦ। ਔਰ ਮੈਂ ਬੜਾ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਥੋੜ੍ਹਾ ਸਮਾਂ ਕੱਢਿਆ। ਮੈਨੂੰ ਪਤਾ ਅੰਮ੍ਰਿਤਸਰ ਅੱਜ ਕੱਲ੍ਹ ਤੁਸੀਂ ਅੱਛਾ ਅੰਮ੍ਰਿਤਸਰ ਕਬੀਰ ਪਾਰਕ, ਕਬੀਰ ਪਾਰਕ ਯੂਨੀਵਰਸਿਟੀ ਦੇ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ। ਖਾਲੜਾ ਸਾਹਿਬ ਦਾ ਘਰ ਉੱਥੇ ਸੀ? ਉਹ ਬਿਲਕੁਲ ਉਹ 8 ਨੰਬਰ ਸੀ, ਮੈਂ 36 ਨੰਬਰ ਸਾਂ। ਅੱਛਾ, ਸਾਡੀ ਇਕੱਠੀ ਮੀਟਿੰਗ ਸੀ, ਅਸੀਂ ਜਾਣਾ ਸੀ ਖੇਤੇ ਜਿੱਦਾਂ ਚੁੱਕਿਆ ਹੋਇਆ, ਹਾਂ ਭਾਣਾ ਵਾਪਰਦਾ। ਹਾਂ ਅੱਛਾ, ਪਰ ਮੈਂ ਉਹਦੇ ਸੰਬੰਧ ਵਿੱਚ ਉਹਨਾਂ ਨੂੰ 4-5 ਦਿਨ ਪਹਿਲਾਂ ਇਤਲਾਹ ਵੀ ਦਿੱਤੀ ਸੀ ਵੀ ਪੁਲਿਸ ਵਾਲੇ ਐਡਰੈਸ ਮੇਰਾ ਵੀ ਲੈ ਗਿਆ, ਤੇਰਾ ਵੀ ਲੈ ਗਿਆ, ਅਤੇ ਤੂੰ ਬਚ ਜਾ, ਤੈਨੂੰ ਵੀ ਚੁੱਕ ਲੈਣਾ ਪੁਲਿਸ। ਅੱਛਾ, ਉਹਨਾਂ ਮੇਰੀ ਗੱਲ ਨੂੰ ਉਹਦੀ ਘਰ ਦੀ ਖੰਡ ਖੋਲ੍ਹਦੇ ਜਦੋਂ, ਅਤੇ ਮੈਂ ਸੋਫੇ 'ਤੇ ਬੈਠਾ ਅਤੇ ਖਾਲੜਾ ਵੀ ਲੱਗ ਕੇ ਬੈਠਾ ਹੈ, ਅਤੇ ਉਹਨਾਂ ਮੇਰੀ ਗੱਲ ਨੂੰ ਆਉਂਦੇ ਜੀ ਰੰਧਾਵਾ ਜੀ ਤੁਹਾਡਾ ਖਾੜਕੂਆਂ ਨਾਲ ਉਹ ਤੁਹਾਨੂੰ ਖਾੜਕੂ ਦੱਸਦੇ ਆ, ਅਤੇ ਤੁਹਾਨੂੰ ਚੁੱਕ ਸਕਦੇ, ਸਾਨੂੰ ਨਹੀਂ ਚੁੱਕ ਸਕਦੇ। ਅੱਛਾ, ਅਤੇ ਉਹ ਗੱਲ ਉਹ 6 ਸਤੰਬਰ ਨੂੰ ਚੁੱਕ ਲਿਆ, ਗੱਡੀ ਬਾਹਰ ਧੋਣ ਡਿਆ ਸੀ, ਤੁਹਾਨੂੰ ਚੁੱਕ ਲਿਆ, ਕਿਉਂਕਿ ਅਸੀਂ ਇਕੱਠੇ ਜਾਣਾ ਸੀ ਲਾਵਾਰਸ ਲਸ਼ਾਂ ਦੇ ਕੇਸਾਂ ਬਾਰੇ ਸੰਬੰਧ 'ਚ ਬਾਹਰ ਜਾਣਾ ਸੀ, ਇੰਡੀਅਨ ਐਕਸਪ੍ਰੈਸ ਵਾਲੇ ਨਾਲ ਸਾਡੀ ਪ੍ਰੈਸ ਕਾਨਫਰੰਸ ਸੀ, ਅਤੇ ਉਹ ਮੈਂ ਜਦੋਂ ਜਾ ਰਿਹਾ ਆਪਣੇ ਘਰ ਤੋਂ ਨਿਕਲ ਕੇ, ਤਾਂ ਉਹਨਾਂ ਦੀ 8 ਨੰਬਰ ਕੋਠੀ ਨੂੰ ਜਾਣਾ, ਅਤੇ ਅੱਗੇ 10-20 ਕੁ ਫੁੱਟ ਗਾੜੀ, ਇੱਕ 1:15 ਵਜੇ ਦਾ ਟਾਈਮ ਸੀ, ਅਤੇ ਪੁਲਿਸ ਜਿਹੜੀ ਗੱਡੀਆਂ 'ਚ ਉਹਨਾਂ ਨੂੰ ਲਿਆ ਰਹੇ, DNB 5969 ਨੰਬਰ ਸੀ, ਨੇਵੀ ਬਲਿਊ ਰੰਗ ਦੀ ਗੱਡੀ ਸੀ, ਮਰੂਤੀ ਵੈਨ, ਉਹਦੇ ਵਿੱਚ ਲੈ ਕੇ ਆ ਰਹੇ, ਅਤੇ ਮੈਂ ਇੱਕ ਬੰਨੇ ਡਰਾਈਵਰ ਜਿਹੜਾ ਉਹ ਵੀ ਪੁਲਿਸ ਵਾਲਾ ਚਲਾ ਰਿਹਾ ਸੀ, ਸਤਨਾਮ ਸਿੰਘ ਝਬਾਲ ਵਾਲਾ SHO ਜਿਹੜਾ ਅਡਾਕ 'ਤੇ ਲਾਇਆ ਸੀ ਸਤਨਾਮ, ਅਤੇ ਉਹ ਬੰਦੇ ਜਿਹੜੇ ਲੈ ਕੇ ਆ ਰਹੇ ਸੀ। ਮੈਂ ਉਹਨਾਂ ਨੂੰ ਹੱਥ ਦਿੱਤਾ ਵੀ ਰੋਕੋ ਵੀ ਕੀ ਗੱਲ, ਕਿੱਧਰ ਲੈ ਜਾ, ਉਹਨਾਂ ਨੇ ਮੈਨੂੰ ਪਾਸੇ ਕਰ ਦਿੱਤਾ, ਅਤੇ ਗੱਡੀ ਭਜਾ ਕੇ ਲੈ ਗਏ, ਗੱਡੀ ਫੋਲੋ ਕਰ ਰਹੀ ਸੀ।
और मैं कोई आबादी भी सारी दुनिया ने वेख्या सी पर कोई गवाह बनने तैयार नहीं सी। ते मैं बाबा बुढ़ा साहब की अंश चो बाबा बुढ़ा जी नूं मैं जवाब देना मैं चाहुंदा सी भी मैं भी सच ते हक की गल करनी चाहिए इंसानियत का कान हो दिया ते मैं क्यों चुप करके बह रहा मैं नहीं बहना भावें मेरी मौत जा हो जाए कोई गल। रंधावा साहब ये की कारण सीगा कि जिवें तुसीं कहा कि खालड़ा साहब कहिंदे मैनू नहीं कुछ भी होण लगा उन्हां नूं किस चीज़ दा यकीन सीगा? उन्हां नूं इह मैं मनुखी तौर पर मेरा कोई नहीं हैगा रोल तां दुश्मनी थोड़ी है कोई वो तो मनुखी अधिकारां लई मनुखी अधिकार पर वो जा सारा कुछ पुलिस ते रहा सारा जा पुलिस ने जीत सिंह संधू जिहड़ा एस एस पी तरन तारण सी वह भी फसिया सी ते उन्होंने स्कीम बनाई है कि अशोक कुमार शोकी डी एस पी सी एक जसपाल सिंह डी एस पी सतनाम सिंह सी सुरिंदरपाल सिंह सी सारे पांच सत्त बंदे जड़े ये आए तो उन्होंने जबरी चौके लगे जो वाइफ यूनिवर्सिटी जाने वाली सी वो जा रही थी वो चलेगी तो मगरों पुलिस वो गड्डी धोन दिया अपने बू करी तो वो ट्रैक सूट के चुके एक तो यह एपीसोड सगा रंधावा साहब जो खालड़ा साहब न चुक लिया गया फिर उन्होंने खत्म कर दिता गया कुछ गवाइया हुई जिन्होंने थाने देखा थोड़ी गवाही बहुत मायने जी रखती सी जदों ये गवाही तुसी देती तो इतने जोड़ा वो बलात्कार का केस थोड़े उत्ते पैंदा रेप केस थोड़े उत्ते पैंदा गवाही तो पहला पाता केस मेरे से केस पाता 28 तरीक नूं मैनूं सोढ़ी साहब ने बुलाया सी वकील साहब ने भी अपनी गवाहियां पढ़ लो तो गवाहियां करवाउणियां तो मैं उदन जम्मू कश्मीर च पुलिस जम्मू कश्मीर की पुलिस 10 बंदे चुके लै गई साडे पिंड माल सी अमृतसर च उन्हां वास्ते मैं मुंडियां नूं छडाउण वास्ते मैं PIL रिट पाती हाईकोर्ट से पा के मैं सीधा इधर आ गया इन्हां ने करा दी प्रचंद मैं तो गुरुद्वारे सुता इन्हां मेरे ते केस पटियाले च दुख निवार गुरुद्वारे बैठे हैं तो मैनू इन्हां ने सवेरे जो मैं नहा के बाहर निकला तो गुरुद्वारे बहर तो इन्हें मैंने चुक लिया चौंक चुके लै गया तुम आता रेप किया फलान मैं मैं तो गुरुद्वारे बैठे मैं तो गोई देना पर उन्हें मेरी को सुनी नहीं जाते परचा दर्ज करा शमशेर सिंह गुड्डू सीगा तो प्रवीण कोमल एक एक हैगा निकम्मा जहा पत्रकार अपने कहने वो जनानी जी रखी सी छी सी जनानी तो प्यो जरा लांगरी का काम करता दयाल सिंह लांगरी सी श्रोमणी कमेटी उन्होंने इस करके दर्शन कौर वो माँ सी लांगरी की घरवाली सी क्ढे इस करके भी उत्थे लोग पुछ रहे भी जहेदार के घर जाना जहेदार उतो पुलिस वाले ने रिकॉर्ड मैंने सारा देता भी अं क्ढे ही इस करके भी वो बदनामी करते गुरु घर की बदनामी करते क्योंकि बंदे मिलने वाले वो केस पे तुम किए जितया वो जितया फिर मैं जो मैं जमानत 20 दिन मेरी बेल हो गई अच्छा रेगुलर बेल हो गई मेरी तो मैं फिर आख्या मैं मरी गवाई तो उन्होंने 5-6 वकील से एक एवें उ वकील जड़े इन्होंने पुलिस वाले ने रखे से उन्होंने मेरे से क्रॉस करना 6 घंटे मैंने 5-6 घंटे लाए पर मैं कहा तो जो मर्जी क्रॉस कर लो मैं सामने देखिया सब कुछ जो कुछ हो मैं जज साहब के सामने जो सच्ची गवाही है मैं झूठी 1 इंची भी नहीं लिखण जो कुछ छड़नी मैं वह दिती गवाही तो ही उम्र कैद हो गए तो मैं 2 महीने कट्टने पे मैं जेल के पटियाला जेल के कादेली इस रेप केस दे रेप केस फिर ही जमानत हो गई जी जी तुम पहला ये गल कही कि मेरी 2 हफ्तों बाद जमानत हो गई वो कौन सा केस DDR मेरे खिलाफ 10 DDR मेरे लिखिया 1307 का प्रवीण कोमल ने फिर मेरे केस पवाता भी मेरे से मारन लगे थे मैंने पिस्तौल मेरे सिर च मारिया फलाना किया ढिंगा जो कि बिल्कुल झूठा मैं तो कोई गल ही नहीं मैं तो उन्हें जानता ही नहीं कौन है ते वो ते फिर जो चर्चे चा क्योंकि वो मैं मेरे सुन वजह मेरे सोर्सा तो पता लगा है कि ये पुलिस अफसरों जनानियाँ हायर करता सी बंदा लिया लिया के अफसरों पेश करता सी ते ए गल कर उन्होंने जिहड़ा जिहड़ा बलात्कार वाला केस जदों तुहाडा अदालत दे विच चलिया उहदे च कोई गवाहियां होईयां गवाहियां किवें बरी होए तुसीं मैं जो उन्होंने गवाही वो फालस केस सी जिहड़ी डाक्टर सी ना अंजू गुप्ता डाक्टर सी हिंदू जापदी सी लड़की पर सादे जिहे नूं कपड़े सलवार कमीज मैं उहनूं पुछिया मैं भैन जी मैं तो किया मैडिकल किया दसो मेरी भैन आ की लिखे मैंने तो डॉक्टर नहीं लगा मैं है मैं ला का काम करता तो ये डॉक्टरी है तो आंधी वीर जी कोई गल नहीं गा ना उन्हें लिखा ईवन प्राइवेट पार्ट से 9 इंजरी और टोटल शरीर के उत्ते कोई इंजरी नहीं आई इन्हें वो मैं मैं हौसला हो गया भी पुलिस वाले पता नहीं की कुछ करा देंगे शायद गलत मलत करना हो करा के काम तो मेरे से केस ना तक फिर इन्होंने मेरा जो अंडरवियर वो भी लुहा के भेज दिता ना इन्वेस्टिगेशन वास्ते वो भी नील आ गया भी कुछ नहीं है
ਤੇ ਉਹ ਹੋ ਗਿਆ ਜਵਾਈਆਂ ਗਵਾਈਆਂ ਹੋ ਗਏ ਪ੍ਰਵੀਨ ਕੋਮਲ ਦੀ ਵੀ ਗਵਾਈ ਹੋਈ ਉਹਦੀ ਵੀ ਹੋਈ ਗਾਈ ਗੁਰਮੀਤ ਕੌਰ ਦੀ ਵੀ ਹੋਈ ਜਿਹੜਾ ਕੇਸ ਪਾਇਆ ਮੇਰੇ 'ਤੇ ਜਿਹੜੀ ਉਹਨੇ ਰਖੇਲ ਰੱਖੀ ਹੈ ਪਹਿਲੋਂ ਤੇ ਉਹ ਓਲਡ ਬਿਸ਼ਨ ਨਗਰ ਹੈਗਾ ਪਟਿਆਲੇ ਦੇ ਵਿੱਚ ਹਾਂ ਉੱਥੋਂ ਦਾ ਪ੍ਰਵੀਨ ਕੋਮਲ ਹੈ ਹਾਂ ਮੈਂ ਜਾਣਦਾ ਜੀ ਹਾਂ ਪ੍ਰਵੀਨ ਕੋਮਲ ਉਹ ਬੰਦਾ ਬੜਾ ਨਿਕੰਮਾ ਉਹਨੇ ਮੇਰੇ ਭਾਅ ਦੇ ਫਿਰ ਮੈਨੂੰ ਗਵਰਨਮੈਂਟ ਨੇ ਹਾਈ ਕੋਰਟ 'ਚ ਮੈਂ ਡਾਟਾ ਪਈ ਮੈਨੂੰ ਉਹਨਾਂ ਨੇ ਸੀ ਆਈ ਐਸ ਐਫ ਦੀ ਸਿਕਿਉਰਿਟੀ ਦੇ ਦਿੱਤੀ ਜਿਹਦੇ ਨਾਲ ਮੇਰੇ ਉਹ ਬੰਦੇ ਬੜੇ ਤੇਜ਼ ਸੀ ਉਹਨਾਂ ਨੇ ਕਿਸੇ ਦਾ ਲਿਆ ਉਹਨਾਂ ਆਖਿਆ ਜਿਹੜਾ ਵੀ ਪੁਲਿਸ ਅਫਸਰ ਜਾ ਕੋਈ ਆਇਆ ਅਸੀਂ ਗੋਲੀ ਮਾਰ ਦੇਣੀ ਸਾਨੂੰ ਅਸੀਂ ਆਪੇ ਜਵਾਬ ਦੇ ਵੱਡੇ ਦੇਵਾਂਗੇ ਅਫਸਰਾਂ ਦੇ ਅਸੀਂ ਤੁਹਾਨੂੰ ਬਚਾਵਾਂਗੇ ਇਹਨੂੰ ਹੱਥ ਨਹੀਂ ਲਾਉਣ ਦੇਣ ਉਹ ਮੇਰੇ ਨਾਲ ਵਿਚਾਰੇ ਆਉਂਦੇ ਰਹੇ ਪਟਿਆਲੇ ਮੰਗਵਾਈਆਂ ਅੰਮ੍ਰਿਤਸਰ ਤੋਂ ਚੱਲ ਕੇ ਮੰਗਵਾਈਆਂ ਦੇਣ ਔਰ ਮੈਂ ਇੱਥੋਂ ਤੱਕ ਕਿ ਮੈਂ ਕਾਰ ਦੇ ਉੱਤੇ ਵੀ ਨਹੀਂ ਸਾ ਆਉਂਦਾ ਵੀ ਇਹਨਾਂ ਨੇ ਚੋਰੀ ਦਾ ਟਰੱਕ ਖਿਲਾਰ ਕੇ ਪੁਲਿਸ ਵਾਲਿਆਂ ਨੇ ਦੇ ਵਿੱਚ ਐਕਸੀਡੈਂਟ ਕਰਾ ਦੇਣਗੇ ਤੇ ਮੈਨੂੰ ਮਰਵਾ ਦੇਣਗੇ ਤੇ ਮੈਂ ਕਿਹਾ ਤੁਸੀਂ ਰੇਲ ਹੀ ਉਲਟਾਓਗੇ ਤਾਂ ਫਿਰ ਮੈਂ ਰੇਲ 'ਚ ਆਉਣਾ ਸ਼ੁਰੂ ਕਰ ਦਿੱਤਾ ਆ ਕੇ ਫਿਰ ਇੱਥੇ ਮੈਂ ਇਤਲਾਹ ਦਿੱਤੀ ਫਿਰ ਮੈਨੂੰ ਇੱਥੋਂ ਇੱਕ ਡੀ ਐਸ ਪੀ ਬਕਾਇਦਾ ਉਹਦੀ ਡਿਊਟੀ ਲੱਗਣੀ ਉਹਨਾਂ ਮੈਨੂੰ ਉਹਦੇ ਰੇਲ 'ਤੇ ਚੜ੍ਹਾ ਕੇ ਆਉਣਾ ਮੈਨੂੰ ਉਹ ਸਟੇਸ਼ਨ ਤੋਂ ਉੱਥੇ ਮੇਨ 'ਤੇ ਉਹ ਕੀ ਰਾਜਪੁਰ ਮੈਨੂੰ ਚੜ੍ਹਾ ਕੇ ਆਉਣਾ ਫਿਰ ਉਹਨਾਂ ਖਿਲਾਫ ਮੈਂ ਚਲੇ ਜਾਣਾ ਤਾਂ ਫਿਰ ਚਲਾ ਅਤੇ ਗਨਮੈਨ ਸਿਕਿਉਰਿਟੀ ਮੈਨੂੰ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਮੈਨੂੰ ਦਿੱਤੀ ਹੋਈ ਸੀ ਉਹਨਾਂ ਲਿਖਿਆ ਵੀ ਇਹਨੂੰ ਕਿਰਪਾਲ ਸਿੰਘ ਰੰਧਾਵਾ ਨੂੰ ਇਹਨੂੰ ਖਤਰਾ ਵੀ ਹਾਇਰ ਪੁਲਿਸ ਅਫਸਰ ਕਿਸੇ ਵੇਲੇ ਵੀ ਇਹਦਾ ਐਲੀਮੀਨੇਟ ਕਰ ਸਕਦੇ ਇਸ ਕਰਕੇ ਇਹਦਾ ਜਿੱਥੇ ਵੀ ਜਾਊ ਗੱਡੀ 'ਤੇ ਜਾਊ ਉਹਦਾ ਸਿਕਿਉਰਿਟੀ ਦੇ ਨਾਲ ਜਾਊਗਾ ਉਹ ਕਰਕੇ ਫਿਰ ਮੈਂ ਜਿਹੜੀਆਂ ਡੀ ਡੀ ਆਰ ਆ ਉਹ ਵੀ ਪੇਸ਼ ਕੀਤੀ ਉਹ ਵੀ ਸਾਰੀਆਂ ਕੈਸੇ ਇੱਕ ਕੇਸ 307 ਦਾ ਹੈ ਇੱਕ ਮੈਂ ਵੇਖਿਆ ਇੱਥੇ ਐਸ ਪੀ ਡੀ ਲੱਗਾ ਸੀ ਇੰਦਰ ਮੋਹਨ ਉਹ ਬੜਾ ਬੀਬਾ ਬੰਦਾ ਤੇ ਬੜਾ ਸੌਂਦਾ ਰੰਧਾਵਾ ਜੀ ਮੈਨੂੰ ਪਤਾ ਜੋ ਕੁਛ ਹੋਇਆ ਮੈਂ ਇਨਕੁਆਇਰੀ ਉਹ ਦੂਜਾ ਚਲਾਉਣ ਦਾ ਤਾਂ ਮੈਂ ਇਨਕੁਆਇਰੀ ਕਰ ਨਹੀਂ ਸਕਦਾ ਆਈ ਤਾਂ ਹੈ ਇਨਕੁਆਇਰੀ ਵਾਸਤੇ ਪਰ ਉਹ ਮੈਂ ਉਹਨੇ ਅਦਾਲਤ 'ਚ ਪੇਸ਼ ਕਰਤਾ ਵੀ ਸਾਡੇ ਗਲੋਂ ਲੱਥ ਜਿੱਥੇ ਅਦਾਲਤ ਜਾਣ ਅਦਾਲਤ ਨੇ ਸਾਰਾ ਕਰਕੇ ਤੇ ਉਹਨਾਂ ਨੇ ਮੈਨੂੰ ਬਾਇਜ਼ਤ ਬਰੀ ਕਰ ਦਿੱਤਾ ਉਹਨਾਂ ਕਿਹਾ ਟੋਟਲ ਫਾਲਸ ਸਟੋਰੀ ਬਣਾਈ ਹੈ ਨਾ ਸਿਰਫ ਆਪਣੇ ਪੁਲਿਸ ਅਫਸਰ ਬਚਾਉਣ ਦੀ ਖਾਤਰ ਫਿਰ ਤੁਸੀਂ ਉਹ ਜਦੋਂ ਇਹਦੇ 'ਚੋਂ ਬਰੀ ਹੋ ਗਏ ਸਾਰਾ ਕੁਝ ਫਿਰ ਤੁਸੀਂ ਮਾਣਹਾਨੀ ਦਾ ਮੁਕੱਦਮਾ ਪਾਇਆ ਹਾਂ ਸਾਲ ਬਾਅਦ ਅਸੀਂ ਪਾ ਸਕਦੇ ਹਾਂ ਹਾਂ ਅਤੇ ਉਹ ਮੈਂ ਸਾਲ ਬਾਅਦ ਇੱਕ ਮਾਣਹਾਨੀ ਦਾ ਮੈਂ ਕੇਸ ਪਾ ਮਲੇਸੀਅਸ ਪ੍ਰੋਸੀਕਿਊਸ਼ਨ ਵੀ ਇਹਨਾਂ ਦੀ ਜੇਬਾਂ 'ਚੋਂ ਲਾਉਣੀ ਸਟੇਟ ਕੋਲ ਨਹੀਂ ਲੈਣੇ ਇਹਨਾਂ ਨੇ ਕੀਤਾ ਉਹ ਮੈਂ ਪਾ ਤਾ ਜਿਹੜਾ ਕਿ 49 ਲੱਖ ਰੁਪਈਏ ਦਾ ਕੋਰਟ ਨੇ ਅਵਾਰਡ ਕਰਤਾ ਸੁਖਵਿੰਦਰ ਸਿੰਘ ਜੱਜ ਸੀ ਉਹ ਵੀ ਬੜਾ ਹੀ ਵਧੀਆ ਆਨਸ ਬੰਦਾ ਇਹੋ ਜਿਹੇ ਜੱਜ ਜਿਹੜੇ ਆ ਕੋਰਟਾਂ 'ਚ ਜਾਣ ਅਤੇ ਲੋਕਾਂ ਦੇ 'ਚ ਮੁਸੀਬਤਾਂ ਜਿਹੜੀਆਂ ਖਤਮ ਹੋ ਸਕਦੀਆਂ ਔਰ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਰੱਬ ਕਰਕੇ ਸੈਸ਼ਨ ਜੱਜ ਬਣਾਵੇ ਤੁਹਾਨੂੰ ਹਾਈ ਕੋਰਟ ਦਾ ਜੱਜ ਬਣਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਤੁਸੀਂ ਉਹਨਾਂ ਮੈਨੂੰ ਬਾਇੱਜ਼ਤ ਬਰੀ ਕਰਤਾ ਮੈਂ ਉਦੋਂ ਮੈਨੂੰ ਇੰਨਾ ਪ੍ਰੈਸ਼ਰ ਸੀ ਉਹਦੇ ਕਰਕੇ ਮੈਨੂੰ ਬ੍ਰੇਨ ਹੈਮਰੇਜ ਵੀ ਹੋ ਗਿਆ ਹਾਰਟ ਅਟੈਕ ਦੀ ਬਿਮਾਰੀ ਵੀ ਆ ਗਈ ਕਿਉਂਕਿ ਪ੍ਰੈਸ਼ਰ ਬੜਾ ਸੀ ਮੇਰੇ 'ਤੇ ਉਹ ਤਾਂ ਮੈਂ ਹੋ ਗਿਆ ਫਿਰ ਮੈਂ ਠੀਕ ਹੋ ਗਿਆ ਮੈਂ ਉਹਨਾਂ ਜੱਜ ਸਾਹਿਬ ਨੂੰ ਮੈਂ ਮੇਰੀ ਲਾਉ ਗਵਾਈ ਮੈਂ ਦੇਣ ਨੂੰ ਤਿਆਰ ਹਾਂ ਉਹਦੇ ਵਿੱਚ ਜਦੋਂ ਤੁਸੀਂ ਮਾਣਹਾਨੀ ਦਾ ਮੁਕੱਦਮਾ ਜਿੱਤਿਆ ਉਹਦੇ ਵਿੱਚ ਕਿਹੜੀਆਂ ਗਵਾਹੀਆਂ ਇੰਨਾ ਕੰਮ ਕੀਤੀਆਂ ਕਿ 49 ਲੱਖ ਰੁਪਈਆ ਅਸੀਂ ਇਹਨਾਂ ਨੂੰ ਕਿਹਾ ਗਈ ਮੈਂ ਇੱਕ ਗੱਲ ਤੁਹਾਡੇ ਕੋਲ ਹੋਰ ਕਲੀਅਰ ਕਰਾਉਣੀ ਚਾਹੁੰਦਾ ਉਹਦੇ 'ਚ 49 ਲੱਖ ਰੁਪਈਆ ਕਿਹਨੂੰ ਪਿਆ ਉਹ ਸਾਰਿਆਂ ਮੁਲਾਜ਼ਮਾਂ ਨੂੰ 7-7 ਲੱਖ ਰੁਪਈਆ 7-7 ਲੱਖ 49 ਲੱਖ ਪਾਇਆ ਵਿਦ ਇੰਟਰਸਟ ਅੱਛਾ ਵਿਦ ਕੋਸਟ ਅੱਛਾ ਅੱਛਾ ਉਹ ਫਿਰ ਮੈਂ ਕਿਹਨੂੰ ਪਿਆ ਇੱਕ ਪਿਆ ਉਹਨੂੰ ਦੂਜੇ ਨੂੰ ਉਮਰਾਨਗਰ ਨੂੰ ਜਿਹੜਾ ਐਸ ਐਸ ਪੀ ਇੱਥੇ ਲੱਗਾ ਹੁੰਦਾ ਸੀ ਉਹਨੂੰ ਪਿਆ ਇੱਕ ਡੀ ਜੀ ਪੀ ਰਿਟਾਇਰ ਹੋਇਆ ਚੌਧਰੀ ਰਜਿੰਦਰ ਸਿੰਘ ਹਾਂ ਉਹਨੂੰ ਵੀ ਪਿਆ ਕਿਉਂਕਿ ਉਹਨੇ ਮੈਨੂੰ ਦਫ਼ਤਰ ਮੈਂ ਸਿਕਿਉਰਿਟੀ ਸੀ ਅਤੇ ਮੈਂ ਦਫ਼ਤਰ ਗਿਆ ਮੈਂ ਡੀ ਜੀ ਪੀ ਸਾਹਿਬ ਨੂੰ ਗਿਆ ਮਿਲਣ ਅਤੇ ਉਹਨਾਂ ਆਉਂਦੇ ਤੁਸੀਂ ਆਈ ਜੀ ਸਿਕਿਉਰਿਟੀ ਕੋਲ ਚਲੇ ਜਾਓ ਮੈਂ ਕਿਹਾ ਜੀ ਮੈਂ ਜੀ ਉਹ ਬੰਦਾ ਬੜਾ ਨਿਕੰਮਾ ਅਤੇ ਉਹ ਮੇਰੀ ਬੇਇੱਜ਼ਤੀ ਕਰੂਗਾ ਅਤੇ ਲੜਾਈ ਹੋ ਪੂਗੀ ਮੇਰੀ ਫਿਰ ਤੁਸੀਂ ਆਖਣਾ ਲੜਾਈ ਹੋ ਪਈ ਉਹਨੇ ਮੈਨੂੰ ਕਹਿੰਦਾ ਆਉਂਦਾ ਜੇ ਤੂੰ ਝੂਠੀ ਗਵਾਹੀ ਦਿੱਤੀ ਖਾਲੜਾ ਸਾਹਿਬ ਦੇ ਕੇਸ ਦੇ ਵਿੱਚ ਪੁਲਿਸ ਧਾਰਾ ਉਹ ਹਾਲ ਕਰੂੰਗਾ ਜਦ ਦੁਨੀਆ ਵੇਖੂਗੀ ਉਦੋਂ ਬਾਅਦ 2002 'ਚ 15 ਮਈ ਦੇ ਵਿੱਚ ਉਹਨੇ ਮੈਨੂੰ ਇਹ ਕਿਹਾ ਅਤੇ ਉਹਨੇ ਮੈਨੂੰ ਕੇਸ ਮੇਰੇ 'ਤੇ ਆਹ ਰੇਪ ਕੇਸ ਪਾਤਾ ਬਿਲਕੁਲ ਝੂਠਾ ਬੇਲਣ ਤੋਂ ਮੈਂ ਜਨਾਨੀ ਨੂੰ ਜਾਣਦਾ ਨਹੀਂ ਜਿਹੜਾ ਉਹ ਪ੍ਰਵੀਨ ਕੋਮਲ ਹੈ ਉਹਨੂੰ ਵੀ ਪਿਆ 7 ਲੱਖ ਅੱਛਾ 7-7 ਲੱਖ ਸੱਤਾਂ ਜਾਣਿਆਂ ਨੂੰ ਪਿਆ 7-7 49 ਅੱਛਾ ਉਹ ਕਲੈਕਟਰ ਮੈਂ ਪਾਰਟੀ ਇਸ ਕਰਕੇ ਬਣਾਇਆ ਕਿਉਂਕਿ ਰਿਕਵਰੀ ਕਰਨੀ ਉਹਨਾਂ ਕੋਲ ਕਿਉਂਕਿ ਉਹਨਾਂ ਦੀ ਪ੍ਰੋਪਰਟੀ ਜਿਹੜੀ ਆ ਨਾ ਉਹ ਉਹਨਾਂ ਦੀ ਲਿਲਾਮੀ ਕਰਕੇ ਦੇਣਗੇ ਜੇ ਤੇ ਫਿਰ ਉਹ ਚਲੇ ਗਏ ਸੈਸ਼ਨ ਦੇ ਚਲੇ ਉਹ ਕੀ ਕਹਾਣੀ ਹੋਈ ਉਹ ਸੈਸ਼ਨ ਕੋਰਟ 'ਚ ਉਹਨਾਂ ਨੇ ਉਹਦੀ ਅਪੀਲ ਪਾਤੀ ਉਸ ਆਰਡਰ ਦੇ ਖਿਲਾਫ ਸੁਖਵਿੰਦਰ ਸਿੰਘ ਜੱਜ ਦੇ ਪਾਰਟੀ ਅਪੀਲ ਸਾਰਾ ਕੁਝ ਹੋਇਆ ਮੈਂ ਅਖਬਾਰਾਂ ਵੀ ਸਾਰੀਆਂ ਪੇਸ਼ ਕੀਤੀਆਂ ਵੀ ਮੇਰਾ ਬਦਨਾਮੀ ਹੋਈ ਹੈ ਮੇਰਾ ਲੋਕਾਂ 'ਚ ਮਾਣ ਅਤੇ ਸਤਿਕਾਰ ਮੈਂ ਪਬਲਿਕ ਇੰਟਰਸਟ ਦਾ ਕੰਮ ਕਰਦਾ ਲਾਵਾਰ ਸਲਾਸ਼ਾਂ ਦੇ ਕੰਮ ਕਰਦੇ ਹਾਂ ਅਸੀਂ ਲੋਕ ਅਤੇ ਅਫਸਰ ਅਤੇ ਸਾਰੇ ਮੈਨੂੰ ਜਾਣਦੇ ਆ ਅਤੇ ਮੇਰੀ ਜਿਹੜੀ ਬਹੁਤ ਬੇਇੱਜ਼ਤੀ ਹੋਈ ਤਾਂ ਮੈਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਮੈਂ 50 ਲੱਖ ਦਾ ਫੀਸ ਕੋਟ ਪਹਿਲਾਂ ਉਹਨਾਂ ਨੇ ਮੈਂ 2000 ਦਾ ਫੀਸ ਕੋਟ ਲਾਇਆ ਫਿਰ ਇਹਨਾਂ ਦੇ ਵਕੀਲ ਜਿਹੜੇ ਖਰੀਦੇ ਹੁੰਦੇ ਉਹਨਾਂ ਨੇ ਵਕੀਲਾਂ ਨੇ ਆਇਆ ਜੀ ਇਹਨਾਂ ਨੇ ਫੀਸ ਕੋਟ ਨਹੀਂ ਲਾਇਆ ਮੈਂ ਕਿਹਾ ਜੱਜ ਸਾਹਿਬ ਤੁਸੀਂ ਆਰਡਰ ਕਰਦੇ ਹੋ ਅਸੂਲ ਇਹ ਆ ਪਰ ਜਦੋਂ ਡਿਗਰੀ ਹੋ ਜੂਗੀ ਉਦੋਂ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਅਤੇ ਫਿਰ ਵੀ ਮੈਂ ਕਿਹਾ ਮੈਂ ਲਾ ਦਿੰਦਾ ਤੁਸੀਂ ਆਰਡਰ ਕਰ ਉਹਨੇ ਆਰਡਰ ਕਰਤਾ
मैं उस वे 46 लाख का मैं 46,000 का मैं फीस कोट लाता। अच्छा फीस कोट लाता तो वह फिर फैसला हो गया मेरे हक च। तो उदो बाद अपील की, अपील भी उन्होंने सारी भुखी। और जज अमनदीप कौर जज है एडिशनल डिस्ट्रिक्ट सैशन जज, वह बड़ी दलेर तो बहुत वधिया सियाणी। वो ना इन्होंने 10-12 तरीक तो आए नहीं एविडेंस वास्ते। मैं क्या मैडम जी जज साहब आते मैं जज, मैं तुम मैडम भी है जज भी है तो जज साहब तुम इंट्रस्ट ऑफ जस्टिस जरा डिसाइड ऑर्डर करो, जे नहीं आता ना अभी निल कर दो उन्होंने डिफाल्टर कर दो। मैनू आता नहीं कोई नहीं, मैं लिखा लिया, जे नहीं आने अगली तरीके मैं ऑर्डर कर दूँ। ये आ गए कुदरती, इन्हें बहस की मेरे ने सारा क्रॉस किया सारा कुछ, ये इक्के गलते कर इन्होंने टाइम बाउंड हो गया जी फलाना टाइम बाउंड, तो मैं हूँ ही दिता। पूरे 2008 के बच्चे मैं केस पाया से उन्होंने ऑर्डर करता 22 परी विद कॉस्ट इन 49 लाख रुपये। उन्होंने अपील सारे डिसमिस करती, तो हूँ मैं रिकवरी वास्ते सलाह कर रहा कि हूँ रिकवरी वास्ते पाव, क्योंकि इन्होंने मेरी बेइज्जती की, क्योंकि इन्हें तनखावों चो लैना। एक जयपाल से उन्हें मैनू रात इन्ना ज़्यादा समसेंट रिटायर होया जयपाल, उन्हें मेरे मार मार इतने हड्डी देते डांगा मार मार के मैनू रात तू देगा कोई, उन्हें डांगा मार मार के मेरे आ सारिया लत्तां मेरिया सजाती। मैं क्या अंकल जी मेरा कसूर की है, तुम मैं ये क्यों करते शराब ना रजा, वनू बिल्ला कहें, वो रहा थापड़ कॉलेज के सामने की कोठी उ, तो भी बिचे ना क्योंकि ओरिजिनल एस एच ओ से 7 लाख भी है उन्होंने पिया, ये सारे पिया 7-7 लाख। आईओ न भी पिया, आईओ कौन सी आईओ है पपिन, चलो कोई नहीं आईओ से उन्होंने भी पाया, वो सीआईए स्टाफ लगा से उदो उन्होंने भी पाता ना। तो फिर मेरे हक चो गया कि मैं मौजा मानी हूँ तुम उन्होंने जो प्रॉपर्टी जाओगे जो तनखाह तनखावह तो रिटायर हो गए कोई गल नहीं, पैसे उन्होंने निजी प्रॉपर्टी जी आना मैं कलैक्टर साहब डीसी साहब नाल पार्टी से करके बनाया, क्योंकि उन्होंने कसूर नहीं, पर उन्हों को उस माल की पावर सारी उन्होंने को होंगी, इस करके उन्होंने नीलामी करे जे असी लावे नाल रजिस्ट्रियां लावे नाल फर्दा जमाबंदियां लावे वो कुर कर लेंगे भी इन्नी चीज़ को नीलाम कर लेनी, तो इन्ने पैसे कोर्ट कहूगी तो पैसे जमा करो। रंधावा साहब मेरे वास्ते बड़ी यह जिस दिन मेरे को ऑर्डर की कापी आई थोड़े जो हूँ सैशन का उन्होंने मैं पढ़िया एड्डा वड्डा फैसला हो गया हाँ चर्चा नहीं होया पंजाब चर्चा इस करके नहीं मैं बेस करके भी इलैक्शन करके ना वो आते हूँ किसी ने करना नहीं इलैक्शन का समा आ गया इलैक्शन तो बाद जी आता वो करा नहीं प्रेस कॉन्फ्रेंस करनी चाहता समा भी लोगों इतिहास का पता लगे भी लोग की करते हैं तो किस तरह पुलिस अपने बंद चुप कराते क्योंकि चुपते मेरे को इस करके भी भी ये लावार सलाशा के मसले चुकते हैं इन्होंने शमशान घाटा चो फोटोस्टेट करा लिया रजिस्टर दिया सारा कुछ ये रौला रट्टा पा लगे वो आते रौला रट्टा ना पाओ वो लै गए रिकॉर्ड सारा तुम जो मर्जी करते रहो कोई गल नहीं वो इस गलते चुपते उन्होंने अपने पुलिस अफसर बचाने की खातर मेरे से झूठा केस मेरी बदनामी की जिद मैनू अटैक भी आया मैं हस्पताल दाखिल रहा ब्रेन हैमरेज मैं लंबा पै गया एक हफ्ते बाद मैं फिर भी मैं गुरु रामदास ने बचाता मैं गुरु रामदास मैं अरदास भी की गुरु रामदास जाके अकाल तख्त साहब अरदास की सच्चे पातशाह जे मैं वाकई काम किया तो मैं सज़ा मिलनी चाहिए तो जे मैं बेगना तू बचा मैं तो मैं 40 दिन सीखे से मैं 28 दिन पिछू मेरा केस पोर्टल हो गया मैं बड़ी हो गया। एक टूल बना लिया हो पुलिस ने कैटा नहीं बन दिया उन्होंने फार्मूला वरतद जे तो उन्होंने आखे तुम चली जाओ तो मैं करोड़ों रुपये ऑफर किया खालड़े की गवाही ना दे मैं क्या मैं पैसे नहीं लैने पुलिस ने ऑफर किया हाँ लिटिगेशन डिपार्टमेंट ने सारे ने आखिया भी तुम मेरे घर भी जाते रहे मैनू कहते तुम आ चैकबुक ले लो जिन्ने भरने भर लो मैं क्या तुम आए हो मैं CBI गवाही दी है मैं झूठ नहीं बोलना जो मैं दिता मैं उहो देना क्योंकि कल सुप्रीम कोर्ट की रूलिंग है भी जो गवाह मुकरता तो तुम गवाह को अंदर देते तो उन्होंने छड़ दो मैं आप अंदर नहीं होना तो तुम चाह पीनी तो पी लो DSP जसपाल सिंह जाता रहा मेरे को सतनाम सिंह झबाल SHO ढाक वाला रहा वो क्रिमिनल बंदे ही रेंदे सी तो मैं परवाह नहीं की मैं क्या मैंने जी मैं कुछ नहीं दे सकता मैं योजा काम नहीं करना क्योंकि मैं कोर्ट में जो सच है वो ही दसूँगा मैं वाधू नहीं दसूँगा बस वो मैं सच दिता तो इस करके मैं लोगों अपील करता भी मेरे वर्गे होर भी बंदे जड़े आना उन्होंने फायदा होगा जोड़े झूठिया केसा च पाँदा भी ये जजमेंट जी हूँ हाई कोर्ट
जाना 13-12 का फैसला होया, जे चले जाएंगे ठीक है, वो कुछ होने नहीं, कोई की ला पॉइंट कोई रहा ही नहीं हाई कोर्ट च, की करेंगे। मैं सुखविंदर सिंह होरां वाली भी जजमेंट पढ़ी है, ये भी जजमेंट जी पढ़ी है, वह कितने भी ठहर नहीं गई ना, चाहे हाई कोर्ट छड़ के रिपोर्ट बन के छाप देंगे सारे हिंदुस्तान के लोगों के काम आऊगी जजमेंट ना लाऊंगे। हाँ एक इस तरह की जजमेंट ते ओ मैं अपना भी भला करता ते मैं पब्लिक इंटरेस्ट वास्ते लोगों का भी भला करता भी कहाँ किसी नूं इहो जिहा मुसीबत ना आवे। वाहिगुरु जी का खालसा वाहिगुरु जी की फतह। बहुत मेहरबानी जी। ये सन कृपाल सिंह रंधावा जी। कई बार वो आप इंग्लिश का एक सुनया वन मैन आर्मी, एक व्यक्ति की फौज, वो फौज किड्डी हौसले वाली हो सकती है। मैं इस गल लैके बहुत हैरान है कि रंधावा साहब दे विच जोश अज भी उन्ना ही है, कोई डर कोई भौ है ही नहीं किसी किस्म का। वो लड़ रहे ने किन्ना लोगों के खिलाफ जिन्हां ने उन्होंने चुप कराने की कोशिश की और बलात्कार वर्गे परचा उन्होंने उत्ते जिहड़ा उह पा दिता, वो ना सिर्फ उहदे विच बरी होए बल्कि उन्होंने मानहानि का मुकदमा दायर किया। जिहड़े इस वेले तुसीं सुन रहे हो ना उन्हां दे नाम जिन्हां दे बेअदबी वाले कांड दे विच वी हुंदे आ, उह वी 7-7 लख रुपया उन्हां नूं देना पिया। सैशन दे गए, सैशन ने चुके जिहड़ा उह केस मारिया कि नहीं ये तुहानूं देने पैणे ने पैसे विद इंट्रस्ट देने पैणे ने। हुण रंधावा साहब उह कहिंदे आ कि मैं उन्हां दी प्रॉपर्टी जिहड़ी आ उह विकवाऊंगा, उहदी नीलामी करवाऊंगा प्रॉपर्टी की। वह चाहे एक खोला पिया होवे ना जां एक प्लॉट पिया होवे, जे उहदी भी नीलामी हो गई ते एड्डी वड्डी चपेड़ उहनां दे मूँह दे उत्ते होर कोई नहीं होनी। मनुखी अधिकारां दे वास्ते अजिहे लड़न वाले जिहड़े सूरमे ने वह बहुत लंबियां उमरां जीउण, क्योंकि मनुखी अधिकारां लई लड़न वाले बहुत थोड़े लोग रह गए ने। धन्नवाद जी, सत श्री अकाल।